ਜ਼ਿੰਦਗੀ ਸਭ ਕੁਝ ਦਿੱਤਾ ਔਰ ਅੱਜ ਮੈਂ ਜੋ ਹਾਂ ਉਸ ਕ੍ਰਿਕਟ ਦੀ ਬਦੌਲਤ ਹਾਂ ਔਰ ਮੈਂ ਜ਼ਰੂਰ ਚਾਹਾਂਗਾ ਕਿ ਜੋ ਮੈਨੂੰ ਕੁਛ ਕੁਛ ਵੀ ਮਿਲਿਆ ਜਾਂ ਮੈਨੂੰ ਥੋੜ੍ਹੇ ਬਹੁਤ ਜੋ ਗੁਰ ਆਉਂਦੇ ਆ ਉਹ ਜ਼ਰੂਰ ਬੱਚਿਆਂ ਨੂੰ ਅਗਰ ਉਹਦੇ ਨਾਲ ਮਦਦ ਹੋ ਸਕਦੀ ਹੈ ਤਾਂ ਉਹ ਅੱਗੇ ਵਧਣ ਆਪਣਾ ਕੈਰੀਅਰ ਨੂੰ ਹੋਰ ਬੈਟਰ ਕਰ ਸਕਣ ਔਰ ਦੂਸਰੀ ਗੱਲ ਇਹ ਕਿ ਬੜੇ ਲੋਕ ਮੈਨੂੰ ਪੁੱਛਦੇ ਜਦੋਂ ਮੈਂ ਪੰਜਾਬ ਤੋਂ ਬਾਹਰ ਹੁੰਦਾ ਹਾਂ ਜਾਂ ਕਿਤੇ ਵੀ ਕਿ ਪੰਜਾਬ ਤੋਂ ਪਲੇਅਰ ਨਹੀਂ ਆ ਰਹੇ ਕ੍ਰਿਕਟ ਪਲੇਅਰ ਚਲੋ ਕਬੱਡੀ ਦੇ ਵੀ ਬੜੇ ਪਲੇਅਰ ਆਉਂਦੇ ਸੀ ਕੋਲ 'ਚ ਵੀ ਬੜੇ ਆਉਂਦੇ ਸੀਗੇ ਓਵਰਆਲ ਦੇਖੀਏ ਤਾਂ ਹਰਿਆਣਾ ਸਾਡੇ ਤੋਂ ਅੱਗੇ ਨਿਕਲ ਗਿਆ ਪੰਜਾਬ ਦੀਆਂ ਜਿਹੜੀਆਂ ਖੇਡਾਂ ਸੀਗੀਆਂ ਉਹ 'ਚ ਹਰਿਆਣਾ ਬਹੁਤ ਅੱਗੇ ਨਿਕਲ ਗਿਆ ਅਤੇ ਹੁਣੇ ਹੁਣੇ ਪੰਜਾਬ ਸਰਕਾਰ ਨੇ ਵੀ ਮੇਰੇ ਉੱਤੇ ਜੁੰਮਾ ਲਗਾਇਆ ਕਿ ਇੱਕ ਕਮੇਟੀ ਬਣਾਈ ਉਹਦੇ ਵਿੱਚ ਮੈਨੂੰ 5 ਮੈਂਬਰਾਂ ਦੇ ਵਿੱਚ ਚੁਣਿਆ ਗਿਆ ਕਿ ਪੰਜਾਬ ਦੀ ਓਵਰਆਲ ਸਪੋਰਟਸ ਨੂੰ ਕਿੰਨਾ ਉੱਪਰ ਲੈ ਕੇ ਜਾਈਦਾ ਅਤੇ ਇਹ ਵੀ ਇੱਕ ਮੁਹਿੰਮ ਹੈ ਕਿ ਜਿਹੜੀ ਅਸੀਂ ਅਕੈਡਮੀਜ਼ ਦੇ ਥਰੂ ਕ੍ਰਿਕਟ ਨੂੰ ਉੱਪਰ ਲੈ ਕੇ ਆਉਣਾ ਕਿਉਂਕਿ ਜਦੋਂ ਮੈਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ ਮੇਰੇ ਕੋਲ ਫੈਸਿਲਿਟੀਜ਼ ਨਹੀਂ ਸੀ ਇਸ ਗਰਾਊਂਡ 'ਚ ਲਾਈਟਸ ਲੱਗੀਆਂ ਪਿਚਿਸ ਜਿਹੜੀਆਂ ਉਹ ਰੈਡੀ ਮਿਲਦੀਆਂ ਕੋਚਿਸ ਜਿਹੜੇ ਹੈ ਉਹ ਕੁਆਲੀਫਾਈਡ ਕੋਚਿਸ ਮਿਲਣ ਜਾਂ ਫਿਰ ਐਡਵਾਂਸ ਟ੍ਰੇਨਿੰਗ ਜਿਹੜੀ ਜਿਹਦੇ ਵਿੱਚ ਸਾਇੰਸ ਵੀ ਇਨਵੋਲਵ ਆ ਉਹ ਵਾਲੀ ਟ੍ਰੇਨਿੰਗ ਸਾਡੇ ਟਾਈਮ 'ਤੇ ਮੌਜੂਦ ਨਹੀਂ ਸੀ ਪਰ ਹੁਣ ਇਹ ਸਭ ਕੁਝ ਜਿਹੜਾ ਇੱਥੇ ਪ੍ਰੋਵਾਈਡ ਕੀਤਾ ਗਿਆ ਹੈ ਉਹਦੇ ਲਈ ਡਾਕਟਰ ਸਾਹਿਬ ਨੂੰ ਤਾਂ ਮੈਂ ਪਹਿਲਾਂ ਮੁਬਾਰਕਬਾਦ ਦੇਵਾਂਗਾ ਔਰ ਦੂਸਰਾ ਸ਼ੁਕਰਾਨਾ ਵੀ ਕਰਾਂਗਾ ਕਿ ਤੁਸੀਂ ਗੇਮ ਲਈ ਇੰਨਾ ਸੋਚ ਰਹੇ ਹੋ ਔਰ ਮੇਰੇ ਲਈ ਇਹ ਬੜੀ ਵੱਡੀ ਗੱਲ ਹੈ ਕਿ ਇਹਨਾਂ ਨੇ ਸਾਡੀ ਅਕੈਡਮੀ ਨੂੰ ਚੁਣਿਆ ਕਿ ਇੱਥੇ ਆ ਕੇ ਸਾਡੀ ਅਕੈਡਮੀ ਦੇ ਵਿੱਚੋਂ ਅਗਰ ਬੱਚੇ ਅਸੀਂ ਤਿਆਰ ਕਰਕੇ ਕੁਛ ਬੱਚੇ ਪੰਜਾਬ ਲਈ ਖੇਲਣ ਔਰ ਪੰਜਾਬ ਤੋਂ ਬਾਅਦ ਇੰਡੀਆ ਲਈ ਖੇਲਣ ਤਾਂ ਮੇਰੇ ਲਈ ਬੜੇ ਮਾਣ ਦੀ ਗੱਲ ਹੋਏਗੀ ਫਖਰ ਦੀ ਗੱਲ ਹੋਏਗੀ ਔਰ ਮੈਂ ਇਹ ਮੰਨ ਨਹੀਂ ਸਕਦਾ ਕਿ ਪੰਜਾਬ 'ਚ ਪਲੇਅਰ ਨਹੀਂ ਹੈ ਪੰਜਾਬ 'ਚ ਜ਼ਰੂਰ ਟੈਲੈਂਟ ਹੈ ਔਰ ਬਹੁਤ ਵੱਡਾ ਟੈਲੈਂਟ ਹੈ ਉਹਨੂੰ ਪਛਾਣਨ ਦੀ ਲੋੜ ਹੈ ਔਰ ਸ਼ਾਇਦ ਜਿਹੜੀ ਹੈ ਇੰਸਟੀਟਿਊਸ਼ਨ ਅਸੀਂ ਖੋਲ੍ਹ ਰਹੇ ਹਾਂ ਉਹ ਇਹੀ ਕੰਮ ਕਰਨਗੀਆਂ ਕਿ ਉਹ ਟੈਲੈਂਟ ਨੂੰ ਅਸੀਂ ਲੈ ਕੇ ਆਵਾਂਗੇ ਅੱਗੇ ਉਹਦੇ ਉੱਤੇ ਮਿਹਨਤ ਕਰਾਵਾਂਗੇ ਔਰ ਮੁੱਦਾ ਇੱਕ ਹੀ ਹੈ ਕਿ ਪਲੇਅਰ ਇੱਥੋਂ ਇੰਡੀਆ ਲਈ ਖੇਲਣ ਕੰਟਰੀ ਨੂੰ ਰਿਪ੍ਰੈਜੈਂਟ ਕਰਨ ਚਾਹੇ ਉਹ ਕ੍ਰਿਕਟ ਦੀ ਗੱਲ ਹੋਵੇ ਜਾਂ ਫਿਰ ਪੰਜਾਬ ਸਰਕਾਰ ਨੇ ਜਿਹੜੇ ਵੀ ਸਪੋਰਟਸ ਦੇ ਵਿੱਚ ਮੈਨੂੰ ਉਹ ਲਗਾਉਣਗੇ ਚਾਹੇ ਉਹ ਕਿਸੇ ਵੀ ਸਪੋਰਟਸ ਨੂੰ ਉੱਤੇ ਲੈ ਕੇ ਆਉਣ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਜਾਏਗੀ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਅਤੇ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦਾ ਮੈਂ ਸ਼ੁਕਰਾਨਾ ਕਰਨਾ ਚਾਹਾਂਗਾ ਕਿ ਤੁਸੀਂ ਆਏ ਹੋ ਵੱਡੇ ਉਹਦੇ ਵਿੱਚ ਅਤੇ ਵੀ ਨੀਡ ਯੂਅਰ ਬਲੈਸਿੰਗ ਵੀ ਨੀਡ ਯੂਅਰ ਸਪੋਰਟ ਟੂ ਬੀ ਵਿਦ ਅਸ ਐਂਡ ਗਿਵ ਅਸ ਦਾ ਪਾਵਰ ਟੂ ਕੈਰੀ ਔਨ ਐਂਡ ਗੋ ਫੋਰਵਰਡ ਫਰੋਮ ਹੇਅਰ ਔਨਵਰਡਸ ਨੋ ਡਾਊਟ ਪਰਫੋਰਮੈਂਸ ਹੁਣ ਰੀਸੈਂਟਲੀ ਉਹਨੇ ਬੜੀ ਅੱਛੀ ਪਰਫੋਰਮੈਂਸ ਕੀਤੀ ਹੈ ਬਟ ਥੋੜ੍ਹਾ ਜਿਹਾ ਮੈਂ ਤੁਹਾਨੂੰ ਸ਼ੁਭਮਨ ਦੇ ਬਾਰੇ ਪਿੱਛੇ ਦੱਸ ਦਵਾਂ ਕਿ 2 ਸਾਲ ਪਹਿਲਾਂ ਉਹਦਾ ਰਣਜੀ ਟਰੋਫੀ ਡੈਬਿਊ ਹੋਇਆ ਔਰ 2 ਸਾਲ ਪਹਿਲਾਂ ਸੰਦੀਪ ਜਾਂ ਹਾਂ 2 ਸਾਲ ਪਹਿਲਾਂ ਉਹਦਾ ਰਣਜੀ ਟਰੋਫੀ ਦਾ ਡੈਬਿਊ ਹੋਇਆ ਉਹ ਵੀ ਅੰਮ੍ਰਿਤਸਰ ਦੇ ਵਿੱਚ ਹੀ ਹੋਇਆ ਸੀ ਜਿੱਥੇ 2 ਮੈਦਾਨ ਮੈਚ ਰਣਜੀ ਟਰੋਫੀ ਦੇ ਕਰਵਾਏ ਗਏ ਸੀ ਅਤੇ ਇਟਸ ਗੁੱਡ ਟੂ ਸੀ ਹਿਮ ਸਕੋਰਿੰਗ ਸੋ ਮੈਨੀ ਰਨਸ ਪਰ ਇਹ ਹੈ ਕਿ ਓਪਰਚੁਨਿਟੀ ਦੀ ਵੇਟ ਤਾਂ ਕਰਨੀ ਹੀ ਪੈਣੀ ਹੈ ਕਿਉਂਕਿ ਉੱਪਰ ਆਲਰੇਡੀ ਸ਼ਿਖਰ ਧਵਨ ਲਾਈਨ 'ਚ ਹੈ ਰੋਹਿਤ ਸ਼ਰਮਾ ਲਾਈਨ 'ਚ ਹੈ ਔਰ ਕੇ ਐਲ ਰਾਹੁਲ ਲਾਈਨ 'ਚ ਹੈ ਪਰ ਵਾਰੀ ਕਿਤੇ ਨਾ ਕਿਤੇ ਤਾਂ ਆ ਹੀ ਜਾਏਗੀ ਬਟ ਇਕੱਲਾ ਇੱਕ ਸ਼ੁਭਮਨ ਗਿੱਲ ਹੀ ਨਹੀਂ ਪੰਜਾਬ ਦੇ ਵਿੱਚ ਉਹ ਐਸੇ ਮੁੰਡੇ ਹੋਣੇ ਚਾਹੀਦੇ ਜੇ 10-12 ਮੁੰਡੇ ਇਕੱਠੇ ਲਾਈਨ 'ਚ ਲੱਗੇ ਹੋਣੇ ਚਾਹੀਦੇ ਆ ਮੈਂ ਇਹ ਮੰਨਣ ਲਈ ਤਿਆਰ ਨਹੀਂ ਕਿ ਮੇਰੇ ਤੋਂ ਬਾਅਦ ਕੋਈ 100 ਮੈਚ ਖੇਲ ਨਹੀਂ ਸਕਦਾ ਇੱਥੇ ਮੇਰੇ ਤੋਂ ਜ਼ਿਆਦਾ ਮੈਚ ਖੇਲਣ ਵਾਲਾ ਟੈਲੈਂਟ ਇੱਥੇ ਬੈਠਾ ਆਇਆ ਔਰ ਉਸੇ ਟੈਲੈਂਟ ਨੂੰ ਅਸੀਂ ਲੱਭਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈ ਅਸੀਂ ਇੱਕ ਜਗ੍ਹਾ 'ਤੇ ਨਹੀਂ ਪਿੰਡਾਂ ਜਾ ਕੇ ਅਸੀਂ ਕੰਮ ਕਰਾਂਗੇ ਜਿਹੜੇ ਵੀ ਮੈਂ ਇੱਕ ਹੋਰ ਅਨਾਊਂਸਮੈਂਟ ਵੀ ਸਰ ਕਰਨਾ ਚਾਹੁੰਦਾ ਮੈਂ ਕਿ ਤੁਹਾਡੇ ਲਾਗੇ ਦੇ ਪਿੰਡ ਤਰਨ ਤਾਰਨ ਜਾਂ ਜਿੰਨੇ ਵੀ ਲਾਗੇ ਪਿੰਡ ਹੈ ਅਤੇ ਜਵਾਨ ਬੜੇ ਤਗੜੇ ਹੈਗੇ ਮੁੰਡੇ ਕਿਸੇ ਨੂੰ ਵੀ ਕੋਈ 6 ਫੁੱਟ ਤੋਂ ਉੱਤੇ ਮੁੰਡਾ ਲੰਬਾ ਨਜ਼ਰ ਆਉਂਦਾ ਉਹ ਕ੍ਰਿਕਟ ਖੇਲਣਾ ਚਾਹੁੰਦਾ ਅਤੇ ਉਹਨੂੰ ਸਾਰੀ ਫੈਸਿਲਿਟੀਜ਼ ਮੈਂ ਵਿਦਆਊਟ ਸਰ ਦੀ ਪਰਮਿਸ਼ਨ ਲਈ ਮੈਂ ਕਹਿ ਰਿਹਾ ਕਿ ਆਮ ਵਿਦ ਯੂ ਵਾਟ ਏਵਰ ਯੂ ਵਾਂਟ ਟੂ ਡੂ ਕਿ 6 ਫੁੱਟ ਤੋਂ ਉੱਤੇ ਕੋਈ ਵੀ ਬੱਚਾ ਕ੍ਰਿਕਟ ਖੇਲਣਾ ਚਾਹਵੇ ਔਰ ਉਹਦੇ ਵਿੱਚ ਕੋਲ ਟੈਲੈਂਟ ਹੋਵੇ ਨਾ ਹੋਵੇ ਉਹਦਾ ਦਿਲ ਹੋਣਾ ਚਾਹੀਦਾ ਕਿ ਉਹ ਕ੍ਰਿਕਟ ਖੇਲੇ ਅਸੀਂ ਉਹਨੂੰ ਫ੍ਰੀ ਟ੍ਰੇਨਿੰਗ ਦੇਵਾਂਗੇ ਉਹ ਪੰਜਾਬ ਦੇ ਕਿਸੇ ਵੀ ਸੈਂਟਰ 'ਚ ਸਾਡੇ ਆਏ ਟ੍ਰੇਨਿੰਗ
ਪੰਜਾਬ ਦਾ ਬੱਚਾ ਹੋਵੇ ਜਾਂ ਹਰਿਆਣਾ ਦਾ ਬੱਚਾ ਹੋਵੇ ਜਾਂ ਕਸ਼ਮੀਰ ਦਾ ਬੱਚਾ ਜਾਂ ਜੰਮੂ ਦਾ ਹੋਵੇ ਜਾਂ ਕਿਤੇ ਦਾ ਵੀ ਬੱਚਾ ਹੋਵੇ, 6 ਫੁੱਟ ਤੋਂ ਉੱਤੇ ਜਿਹੜਾ ਬੰਦਾ ਬੱਚਾ ਕ੍ਰਿਕਟ ਖੇਲਣਾ ਚਾਹੇਗਾ ਅਸੀਂ ਉਹਨੂੰ ਫ੍ਰੀ ਸਰਵਿਸ ਪ੍ਰੋਵਾਈਡ ਕਰਾਂਗੇ। ਤੇ ਬੜੀ ਮਾਣ ਦੀ ਗੱਲ ਹੈ, ਖੁਸ਼ੀ ਦੀ ਗੱਲ ਹੈ ਕਿ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰ ਦੇ ਵਿੱਚ ਵੀ ਸਾਨੂੰ ਮੌਕਾ ਮਿਲਿਆ ਔਰ ਫੈਸਿਲਿਟੀ ਸਾਨੂੰ ਇੱਥੇ ਤਿਆਰ ਕਰਨ ਦੀ ਲੋੜ ਨਹੀਂ ਪਈ ਔਰ ਸ਼ਾਇਦ ਮੈਂ ਕਹਾਂਗਾ ਕਿ ਇਹ ਸਾਡਾ ਸਭ ਤੋਂ ਵਧੀਆ ਸੈਂਟਰ ਹੋਏਗਾ ਜਿਹਦੇ ਵਿੱਚ ਲਾਈਟਸ ਵੀ ਹੈ, ਇੱਥੇ ਕਾਫੀ ਮੈਚਿਸ ਵੀ ਕਰਵਾ ਸਕਦੇ, ਡੇ ਨਾਈਟ ਵੀ ਮੈਚਿਸ ਕਰਵਾ ਸਕਦੇ ਹਾਂ। ਤੇ ਕੋਸ਼ਿਸ਼ ਇਹੀ ਹੈ ਕਿ ਥੋੜੇ ਥੋੜੇ ਸਮੇਂ ਬਾਅਦ ਅਸੀਂ ਇਹਨੂੰ ਹੋਰ ਗਰੋ ਕਰਦੇ ਜਾਈਏ, ਨਾ ਨੋਟ ਜਸਟ ਇਨ ਪੰਜਾਬ ਬਟ ਐਵਰੀਵੇਅਰ ਵੇਅਰ ਐਵਰ ਵੀ ਕੈਨ। ਠੀਕ ਗਿਆ ਜੀ, ਉਹਦਾ ਨਾਮ ਜੇ ਨਾਮ ਠੀਕ ਟਾਈਮ ਤੇ ਗਿਆ ਹੁੰਦਾ ਤਾਂ ਸ਼ਾਇਦ ਅਵਾਰਡ ਵੀ ਮਿਲ ਜਾਂਦਾ। ਉਹ ਯਾਰ ਐਡੇ ਵੱਡੇ ਰਤਨ ਨੂੰ ਰਤਨ ਕੀ ਚਾਹੀਦਾ, ਪਰ ਦੇਖੀਏ ਮੇਰਾ ਕੰਮ ਸੀ ਖੇਲਣਾ ਔਰ ਮੈਂ ਜਿੰਨਾ ਖੇਲਿਆ ਬੜੇ ਉਹਦੇ ਨਾਲ ਖੇਲਿਆ ਦਿਲ ਨਾਲ, ਔਰ ਬਾਕੀ ਇਹ ਡਿਪਾਰਟਮੈਂਟ ਦੇ ਕੰਮ ਹੁੰਦੇ ਆ ਕਿ ਕਦੋਂ ਫਾਈਲ ਜਾਣੀ ਚਾਹੀਦੀ ਹੈ ਕਦੋਂ ਨਹੀਂ। ਓਬਵੀਅਸਲੀ ਉਹਦੇ ਵਿੱਚ ਕੁਝ ਅਣਦੇਖੀ ਹੋਈ ਔਰ ਮਨਿਸਟਰ ਸਾਹਿਬ ਨੇ ਵੀ ਕਿਹਾ ਸੀਗਾ ਕਿ ਇਹਦੇ ਬਾਰੇ ਗੱਲ ਕੀਤੀ ਜਾਵੇਗੀ, ਹੁਣ ਕਿੰਨਾ ਗੱਲ ਹੋਈ ਕਿੰਨੀ ਗੱਲ ਹੋਈ ਇਹ ਮੈਂ ਨਹੀਂ ਜਾਣਦਾ, ਬਟ ਮੇਰੇ ਨਾਲ ਹੋ ਗਿਆ ਕੋਈ ਗੱਲ ਨਹੀਂ, ਬਟ ਅੱਗੇ ਕਿਸੇ ਹੋਰ ਪਲੇਅਰ ਦੇ ਨਾਲ ਨਹੀਂ ਹੋਣਾ ਚਾਹੀਦਾ। ਬਾਬੇ ਦਾ ਮੈਨੂੰ ਦਿਲ ਤਾਂ ਬਹੁਤ ਖੁਸ਼ ਹੈ, ਅਵਾਰਡ ਲੈ ਕੇ ਮੈਂ ਬਹੁਤ ਵੱਡਾ ਨਹੀਂ ਹੋ ਜਾਣਾ ਸੀ, ਬਟ ਕਈ ਪਲੇਅਰ ਦੇ ਲਈ ਇਹ ਅਵਾਰਡ ਬੜੀ ਵੱਡੀ ਚੀਜ਼ ਹੋ ਸਕਦੀ ਸੀ। ਤੇ ਮੈਂ ਸਰਕਾਰ ਨੂੰ ਇਹ ਦੁਆਰਾ ਕਹਾਂਗਾ ਕਿ ਕਿਸੇ ਵੀ ਪਲੇਅਰ ਲਈ ਅੱਗੇ ਤੋਂ ਜਿਹੜਾ ਕਿਸੇ ਦਾ ਨਾਮ ਤੁਸੀਂ ਪ੍ਰੈਜੈਂਟ ਕਰ ਰਹੇ ਹੋ ਉਹ ਟਾਈਮ ਸਿਰ ਚੱਲ। ਮੈਂ ਜੀ ਜਦੋਂ ਜਦੋਂ ਮੈਂ ਪੰਜਾਬ ਚ ਆਵਾਂਗਾ ਮੈਂ ਜ਼ਰੂਰ ਆਵਾਂਗਾ, ਔਰ ਮੈਂ ਹੁਣ ਤੁਹਾਨੂੰ ਦੱਸ ਰਿਹਾ ਮੈਂ ਕੁਛ ਸਮਾਂ ਮੈਂ ਬੰਬੇ ਦੇ ਵਿੱਚ ਵੀ ਰਹਿੰਦਾ ਹਾਂ ਕਿਉਂਕਿ ਮੇਰੀ ਫੈਮਿਲੀ ਉੱਥੇ ਹੈ, ਮੇਰੀ ਵਾਈਫ ਅਤੇ ਬੇਟੀ, ਔਰ ਕੁਛ ਕੁਛ ਸਮਾਂ ਫਿਰ ਮੈਂ ਜਦੋਂ ਪੰਜਾਬ ਆਉਂਦਾ ਅਤੇ ਫਿਰ ਮੈਂ ਜਦੋਂ ਟ੍ਰੇਨਿੰਗ ਕਰਨੀ ਸ਼ੁਰੂ ਕਰਦਾ ਉਦੋਂ ਮੈਂ ਜਲੰਧਰ ਹੀ ਹੁੰਦਾ, ਔਰ ਜਦੋਂ ਜਦੋਂ ਮੈਂ ਜਲੰਧਰ ਹੋਵਾਂਗਾ ਅੰਮ੍ਰਿਤਸਰ ਇਜ਼ ਲਾਈਕ ਮਾਈ ਸੈਕਿੰਡ ਹੋਮ, ਅਤੇ ਮੈਂ ਉਤਰਦਾ ਤਾਂ ਮੈਂ ਇੱਥੇ ਹੀ ਹਾਂ, 2-4 ਦਿਨ ਮੈਂ ਇੱਥੇ ਵੀ ਟ੍ਰੇਨਿੰਗ ਕਰਕੇ ਜਾਇਆ ਕਰਾਂ। ਟੈਸਟ ਵੀ ਜਿੱਤਾਂਗੇ ਜੀ, ਕੋਈ ਵੈਸਟ ਇੰਡੀਜ਼ ਮੇਰੇ ਨਜ਼ਰੀਏ 'ਚ ਉਨੀ ਸਟਰੋਂਗ ਟੀਮ ਨਹੀਂ ਆ, ਉਹ ਬਿਲਡ ਕਰ ਰਹੇ ਆ ਦੁਬਾਰਾ ਟੀਮ ਆਪਣੀ, ਇੰਡੀਅਨ ਟੀਮ ਉਹਨਾਂ ਦੇ ਮੁਕਾਬਲੇ ਬਹੁਤ ਤਕੜੀ ਹੈ ਔਰ ਮੈਨੂੰ ਲੱਗਦਾ ਕਿ 2-0 ਨਾਲ ਹਰਾ ਕੇ ਹੁੰਦੇ। ਇਸ ਲਈ ਮੈਂ ਕਿਉਂਕਿ ਉੱਥੇ ਦੇਖ ਰਿਹਾ ਸੀ, ਮੇਰੇ ਖਿਆਲ ਨਾਲ ਉਸ ਦਿਨ ਮੁਕਾਬਲਾ ਅਗਰ ਪੂਰਾ ਹੁੰਦਾ ਤਾਂ ਸ਼ਾਇਦ ਅਸੀਂ ਉਹ ਬੈਟਰ ਮੋਮੈਂਟਮ 'ਚ ਸੀਗੇ, ਪਰ ਮੁਕਾਬਲਾ ਅਗਲੇ ਦਿਨ ਹੋਇਆ ਔਰ ਸ਼ੁਰੂਆਤੀ ਜਿੱਦਾਂ ਮੈਂ ਗੱਲ ਕਰ ਰਿਹਾ ਸੀ ਪਹਿਲਾਂ ਵੀ ਕਮੈਂਟਰੀ ਦੇ ਵਿੱਚ ਵੀ ਕਿ 2 ਜਾਂ 3 ਅਗਰ ਉੱਪਰੋਂ ਆਊਟ ਹੋ ਜਾਂਦੇ ਵਿਰਾਟ ਜਾਂ ਫਿਰ ਰੋਹਿਤ, ਫਿਰ ਮੁਸ਼ਕਿਲ ਹੋ ਜਾਂਦਾ ਕਿਉਂਕਿ ਉਹ ਪਿਛਲੇ ਕਈ ਟਾਈਮ ਤੋਂ ਨਜ਼ਰ ਆਇਆ ਕਿ ਮਿਡਲ ਆਰਡਰ ਨੇ ਨਾ ਉਹਨਾਂ ਪਰਫਾਰਮ ਨਹੀਂ ਕੀਤਾ, ਹਾਲਾਂਕਿ ਧੋਨੀ ਹੈ ਐਕਸਪੀਰੀਅੰਸ ਪਲੇਅਰ ਹੈ, ਕੋਈ ਮੈਚ ਜਿਤਾਏ ਨਹੀਂ ਹੈ ਪਿਛਲੇ ਕੁਛ ਅਰਸੇ ਤੋਂ, ਪਰ ਇਹ ਹੋਣਾ ਸੀਗਾ ਉਦੋਂ ਹੀ ਹੋਣਾ ਸੀਗਾ ਜਦੋਂ ਉੱਪਰੋਂ ਰਨ ਨਹੀਂ ਬਣਦੇ, ਜਿਹਦੇ ਉੱਪਰੋਂ ਰਨ ਬਣ ਜਾਂਦੇ ਰੋਹਿਤ ਸ਼ਰਮਾ ਜਾਂ ਵਿਰਾਟ ਕੋਹਲੀ ਰਨ ਬਣਾ ਦਿੰਦੇ ਤੇ ਫਿਰ ਸ਼ਾਇਦ ਅਸੀਂ ਫਾਈਨਲ 'ਚ ਵੀ ਆ ਜਾਂਦੇ, ਔਰ ਜੇ ਫਾਈਨਲ 'ਚ ਵੀ ਇਹ ਉੱਪਰੋਂ ਰਨ ਬਣਾ ਦਿੰਦੇ ਫਿਰ ਜਿੱਤ ਵੀ ਜਾ ਸਕਦੇ ਸੀ, ਪਰ ਇਹ ਹੈ ਕਿ ਜਿਸ ਦਿਨ ਉਹ ਨਹੀਂ ਰਨ ਬਣਾਉਣਗੇ ਉਸ ਦਿਨ ਇਹ ਪ੍ਰੋਬਲਮ ਆਉਣੀ ਸੀਗੀ, ਔਰ ਉਸ ਦਿਨ ਕਹਿ ਸਕਦੇ ਕਿ ਦਿਨ ਖਰਾਬ ਸੀ ਕਿ ਇੰਨੇ ਵੱਡੇ ਦਿਨ ਤੇ ਸੈਮੀ ਫਾਈਨਲ ਦੇ ਵਿੱਚ ਟਾਈਮ ਆਇਆ। ਜਦੋਂ ਕਿਸੇ ਵੀ ਪਲੇਅਰ ਲਈ ਨਾ ਸਭ ਤੋਂ ਜ਼ਰੂਰੀ ਚੀਜ਼ ਹੈ ਇਨਫਰਾਸਟ੍ਰਕਚਰ, ਕਿ ਉਹਦੇ ਲਈ ਅਗਰ ਗਰਾਊਂਡ ਅੱਛਾ, ਉਹਦੇ ਲਈ ਅਗਰ ਕੋਚਿਸ ਅੱਛੇ ਹੈ, ਉਹਦੀ ਡਾਇਟ ਅੱਛੀ ਹੈ ਪਲੇਅਰ ਦੀ ਔਰ ਉਹਨੂੰ ਸਿਖਾਉਣ ਵਾਲੇ ਸਹੀ ਹੈਗੇ ਆ, ਤੇ ਉਹ ਪਲੇਅਰ ਰੁਕਦਾ ਨਹੀਂ ਹੈਗਾ, ਔਰ ਹਰਿਆਣਾ ਨੇ ਓਬਵੀਅਸਲੀ ਕੁਛ ਤਾਂ ਸਾਡੇ ਤੋਂ ਬੈਟਰ ਕੀਤਾ ਹੋਏਗਾ ਜਿਹੜਾ ਉਹਨਾਂ ਦੇ ਪਲੇਅਰਸ ਨੇ ਜ਼ਿਆਦਾ ਰਿਜ਼ਲਟਸ ਦਿੱਤੇ। ਹੁਣ ਤੁਸੀਂ ਦੋਨੋਂ ਫੋਗਟ ਸਿਸਟਰ ਦੀ ਗੱਲ ਕਰ ਲਓ ਜਾਂ ਹੋਰ ਉਹਨਾਂ ਦੇ ਰੈਸਲਰਸ ਦੀ ਗੱਲ ਕਰ ਲਓ, ਪਹਿਲਾਂ ਪੰਜਾਬੀ ਰੈਸਲਰਸ ਦੇ ਨਾਮ ਹੁੰਦੇ ਸੀ, ਤੁਸੀਂ ਦੇਖੋ ਸਾਰੇ ਰੈਸਲਰ ਜੋ ਹੈ ਹਰਿਆਣਾ ਤੋਂ ਆ ਉਹ ਵੀ ਆਪਣੇ ਹੀ ਆ, ਪਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਪੰਜਾਬ ਦਾ ਨੌਜਵਾਨ ਉਹ ਪਿੱਛੇ ਕਿਉਂ ਰਵੇ, ਔਰ ਹਾਲਾਂਕਿ ਇੰਨੀ ਤਾਕਤਵਰ ਇਹ ਕੌਮ ਹੈਗੀ ਹੈ ਇਹ ਕਿਉਂ ਪਿੱਛੇ ਰਵੇ। ਇਹਦੇ ਵਿੱਚ ਅਣਦੇਖੀ ਸਰਕਾਰ ਵੱਲੋਂ ਵੀ ਹੋਈ ਹੋਵੇਗੀ, ਕੁਛ ਅਣਦੇਖੀ ਜਵਾਨਾਂ ਵੱਲੋਂ ਵੀ ਹੋਈ ਹੋਵੇਗੀ, ਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦਾ ਜਿਹੜਾ ਹੈਗਾ ਇਹ ਟਾਈਮ ਹੈਗਾ, ਤੇ ਸ਼ਾਇਦ ਇਸੇ ਲਈ ਉਹਨਾਂ ਨੇ ਸਾਨੂੰ ਵੀ ਇਗਨੋਰ ਕੀਤਾ, ਜਿੱਥੇ ਜਿੱਥੇ ਅਸੀਂ ਮਦਦ ਕਰ ਸਕਾਂਗੇ ਸਰਕਾਰ ਦੀ ਜ਼ਰੂਰ ਕਰਾਂਗੇ,
ਔਰ ਕੋਸ਼ਿਸ਼ ਇਹ ਹੋਏਗੀ ਕਿ ਪੰਜਾਬ ਦਾ ਸਪੋਰਟਸ ਜਿਹੜਾ ਹੈ ਉਹ ਓਵਰਆਲ ਉੱਪਰ ਆਏ, ਨਾਟ ਜਸਟ ਇਨ, ਸਾਡਾ ਕੰਮ ਆ ਬੱਚਿਆਂ ਨੂੰ ਟ੍ਰੇਨ ਕਰਨਾ। ਐਨ ਪੀ ਸੀ ਏ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਬੱਚਾ ਕਿਸੇ ਵੀ ਅਕੈਡਮੀ ਦਾ ਹੋਵੇ, ਕਿਤੋਂ ਵੀ ਆਵੇ, ਉਹਨੂੰ ਰੋਕਣਾ ਨਹੀਂ ਚਾਹੀਦਾ। ਔਰ ਐਫੀਲੇਸ਼ਨ ਸਾਨੂੰ ਵੋਟਿੰਗ ਰਾਈਟਸ ਨਾ ਦਿਓ ਕਿਸੇ ਵੀ ਚੀਜ਼ ਦੇ, ਸਾਨੂੰ ਚਾਹੀਦੇ ਵੀ ਨਹੀਂ ਹੈ। ਬਟ ਕੋਈ ਅੱਛਾ ਬੱਚਾ ਇਗਨੋਰ ਨਹੀਂ ਹੋਣਾ ਚਾਹੀਦਾ ਜਸਟ ਬਿਕੋਜ਼ ਕਿ ਉਹ ਗਾਂਧੀ ਗਰਾਊਂਡ ਨਹੀਂ ਜਾਂਦਾ, ਜਾਂ ਉਹ ਜਲੰਧਰ ਦਾ ਹੋਵੇ ਤਾਂ ਬਲਟਨ ਪਾਰਕ ਨਹੀਂ ਜਾਂਦਾ, ਜਾਂ ਫਿਰ ਉਹ ਪਠਾਨਕੋਟ ਦਾ ਹੋਵੇ ਤਾਂ ਪਠਾਨਕੋਟ ਦੇ ਸੈਂਟਰ ਨਹੀਂ ਜਾਂਦਾ। ਬੱਚਾ ਕਿਤੇ ਵੀ ਸੈਂਟਰ ਤੇ ਜਾਵੇ ਜਿੱਥੇ ਉਹਨੂੰ ਅੱਛੀ ਫੈਸਿਲਿਟੀ ਮਿਲ ਰਹੀ ਹੋਵੇ, ਤੇ ਉਹਦੀ ਸਿਲੈਕਸ਼ਨ ਦੇ ਵਿੱਚ ਅੜਿੱਕੇ ਨਹੀਂ ਆਉਣੇ ਚਾਹੀਦੇ। ਔਰ ਜਿਹੜੇ ਬੰਦੇ ਇੱਥੇ ਅੜਿੱਕੇ ਪਾਉਣਗੇ ਵੀ ਅੰਮ੍ਰਿਤਸਰ ਦੇ ਵਿੱਚ ਵੀ ਜਲੰਧਰ ਦੇ ਵਿੱਚ ਵੀ, ਉਹਦੀ ਫਿਰ ਬੋਰਡ ਤੇ ਸ਼ਿਕਾਇਤ ਮੈਂ ਕਰਾਂਗਾ, ਉਹਦੀ ਫਿਰ ਪੀ ਸੀ ਏ ਵੀ ਸ਼ਿਕਾਇਤ ਹੋਏਗੀ, ਉੱਥੇ ਵੀ ਬੋਰਡ 'ਚ ਵੀ ਸ਼ਿਕਾਇਤ ਹੋਏਗੀ। ਕਿਉਂਕਿ ਟੈਲੈਂਟ ਜਿਹੜਾ ਨਾ ਉਹਨੂੰ ਗਰੋ ਕਰ ਲੈਂਦੇ ਹੋ, ਆਪਣੀ ਪੋਲੀਟੀਕਲ ਏਜੰਡਾ ਦੇ ਵਿੱਚ ਬੱਚੇ ਨੂੰ ਖਰਾਬ ਨਹੀਂ ਕਰਨਾ ਹੈਗਾ। ਤੇ ਅਸੀਂ ਐਫੀਲੇਸ਼ਨ ਸਾਨੂੰ ਪਤਾ ਨਹੀਂ ਪੀ ਸੀ ਏ ਤੋਂ ਮਿਲੇਗੀ ਜਾਂ ਨਹੀਂ, ਔਰ ਸਾਨੂੰ ਜ਼ਰੂਰਤ ਵੀ ਨਹੀਂ ਹੈ। ਅਸੀਂ ਖੁਸ਼ ਹੈਗੇ ਹਾਂ ਕਿ ਅਸੀਂ ਬੱਚਿਆਂ ਨੂੰ ਅੱਛੀ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹਾਂ, ਉਹਨਾਂ ਨੂੰ ਉਹ ਦੇ ਰਹੇ ਹਾਂ ਜੋ ਉਹਨਾਂ ਨੂੰ ਇੱਕ ਪਲੇਅਰ ਬਣਨ ਦੇ ਲਈ ਜ਼ਰੂਰੀ ਚੀਜ਼ਾਂ। ਬਾਕੀ ਪੀ ਸੀ ਏ ਕੀ ਸੋਚਦੀ ਹੈ ਇਹਦੇ ਬਾਰੇ, ਯੂ ਸ਼ੁਡ ਆਸਕ ਪੀ ਸੀ ਏ ਕਿ ਕਿਉਂ ਨਹੀਂ ਐਫੀਲੇਸ਼ਨ ਦਿੱਤੀ ਜਾਂਦੀ ਹੈ। ਅਸੀਂ ਤਾਂ ਜ਼ਰੂਰ ਚਾਹਾਂਗੇ, ਅਸੀਂ ਉਹਨਾਂ ਦੇ ਨਾਲ ਜੁੜਾਂਗੇ। ਯੈਸ, ਅਸੀਂ ਪੀ ਸੀ ਏ ਲਈ ਪ੍ਰੋਡਕਟ ਤਿਆਰ ਕਰ ਰਹੇ ਹਾਂ ਆਪਣੀ ਅਕੈਡਮੀ ਦੇ ਵਿੱਚ, ਅਸੀਂ ਪੰਜਾਬ ਲਈ ਪ੍ਰੋਡਕਟ ਤਿਆਰ ਕਰ ਰਹੇ ਹਾਂ।